ਹਾਂਜੀ ਸਸ਼ਿਕਾਇਆ ਚੜਨੋ ਅਰੋਰਾ ਕਲਾਸ ਦੇ ਇਸ ਅਫੀਸ਼ਰ YouTube ਚੈਨਲ ਦਾ ਬਹੁਤ ਬਹੁਤ ਸਵਾਗਤ ਹੈ ਕਾਫੀ ਬੱਚੇ ਵੇਅਰ ਕਰ ਸੀ ਇਗਜ਼ਾਮ ਲਈ ਲੱਗੇ ਤਾਂ ਇੱਕ ਨਵੀਂ ਅਪਡੇਟ ਸਾਡੇ ਸਾਹਮਣੇ ਆਈ ਹੈ ਜਿਹੜੇ ਬੱਚੇ ਵੇਅਰ ਕਰ ਸੀ ਪੀਐਸਟੈਟ ਇਗਜ਼ਾਮ ਲਈ ਲੱਗੇ ਤਾਂ ਇੱਕ ਨੋਟਿਸ ਜਾਰੀ ਹੋਇਆ ਹੈ ਹਨਾ ਚਲੋ ਆਪਾਂ ਨੋਟਿਸ ਪਰ ਦੇ ਇਹ ਜਿਹੜਾ ਨੋਟਿਸ ਜਾਰੀ ਹੋਇਆ ਜੀ ਇਹ ਹੋਇਆ ਜੀ ਆਪਣਾ 16 ਫਰਵਰੀ ਨੂੰ ਹਨਾ ਜਾਰੀ 16 ਫਰਵਰੀ ਨੂੰ ਹੋਇਆ ਪਰ ਜਿਹੜਾ ਸਰਕੂਲੇਟ ਹੋਇਆ ਜਿਹੜਾ ਵਾਇਰਲ ਹੋਇਆ ਜੀ ਇਹ ਆਜੋੜ ਹੈ ਹਨਾ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਾਫ ਸਾ ਲਿਖਿਆ ਆ ਕਹਿੰਦੇ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਚੈਸ 2024 ਪੀਐਸਟ 2024 ਜਿਹੜਾ ਐਗਜ਼ਾਮ ਹੈ ਜੀ ਇਹ ਕਦੋਂ ਹੋ ਜਾ ਰਿਹਾ ਜੀ ਇਹ ਹੋਣ ਜਾ ਰਿਹਾ 26 ਮਈ ਨੂੰ ਹੁਣ ਕਈ ਬੱਚੇ ਨਾ ਉਲਝੇ ਫਿਰਦੇ ਆ ਉਲਝੇ ਇਸ ਕਰਕੇ ਫਿਰਦੇ ਆ ਕਈ ਸੋਚੀ ਜਾਂਦੇ ਕਿ ਜਿਹੜਾ ਇਹ ਨੋਟਿਸ ਹੈ ਇਹ ਰੀਅਲ ਹੈ ਜਾਂ ਫੇਕ ਹੈ ਦੇਖੋ ਜਿੱਤੇ ਤੱਕ ਮੈਨੇ ਕੱਲ ਬਾਅਦ ਕਿਤੇ ਯੂਨੀਅਨ ਨਾਲ ਦੇਖੋ ਆਪਾਂ ਕਾਫੀ ਸਟਾਈਸ ਵੀ ਕੀਤੀ ਆ ਨਾ ਤਾਂ ਯੂਨੀਅਨ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਾਫੀ ਹੱਦ ਤੱਕ ਜਿਹੜਾ ਨੋਟਿਸ ਹੈ ਇਹ ਸਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਪ੍ਰੋਸਾਦ ਆਇਆ ਸੀ ਕਿ ਬਹੁਤ ਜਲਦੀ ਐਸੇ ਪੀਐਸਟ ਰਿਗਾਰਡਿੰਗ ਕੋਈ ਅਪਡੇਟ ਇੱਕ ਨੋਟਿਸ ਜਾਰੀ ਕਰਾਂਗੇ ਇਹ ਉਹ ਨੋਟਿਸ ਹੈ ਤਾਂ ਕਾਫੀ ਹੱਦ ਤੱਕ ਜਿਹੜਾ ਨੋਟਿਸ ਐ ਇਹਨੂੰ ਸਹੀ ਮੰਨਿਆ ਜਾ ਰਿਹਾ ਹੈ ਠੀਕ ਹੈ ਤਾਂ ਜਿਹੜਾ ਐਗਜ਼ਾਮ ਹੈ ਕਦੋਂ ਹੋਣ ਜਾ ਰਿਹਾ 26 ਮਈ ਨੂੰ ਤੁਸੀਂ ਹੁਣ ਇਹ ਨਾ ਸੋਚੋ ਰੀਅਲ ਫੇਰ ਚੱਕਰ ਜਨਾਪੋ ਦੇਖੋ ਐਗਜ਼ਾਮ ਤਾਂ ਹੋਣੀ ਹੀ ਹੋਣਾ ਹੈ ਕਾਫੀ ਹੱਦ ਤੱਕ ਇਹ ਨੋਟਿਸ ਸਹੀ ਹੈ ਐਗਜ਼ਾਮ ਤਾਂ 100% ਹੋਣਾ ਹੀ ਹੋਣਾ ਹੈ ਚਾਹੇ ਤਾਂ 26 ਮਈ ਨੂੰ ਹੋ ਜੇ ਜਾਂ ਜੂਨ ਚ ਹੋ ਜੇ ਦੇਖੋ ਐਗਜ਼ਾਮ ਤਾਂ ਪੱਕੇ ਹੀ ਹੋਣਾ ਹੈ ਠੀਕ ਹੈ ਚਲੋ ਇਹ ਤਾਂ ਹੋ ਗਈ ਗੱਲ ਬਾਤ ਨੋਟਿਸ ਰਿਗਾਰਡਿੰਗ ਕਿ ਨਾਰਥ ਇਸਟ ਰਿਗਾਰਡਿੰਗ ਇੱਕ ਕਦਮ ਹੋਣ ਜਾ ਰਿਹਾ ਹੈ 26 ਮਈ ਨੂੰ ਹੋਣ ਜਾ ਰਿਹਾ ਹੈ ਨਾ ਇੱਕ ਗੱਲ ਹੋ ਜਿੰਨਾ ਬੱਚੇ ਟੈਲੀਗ੍ਰਾਮ ਚੈਨਲ ਜੁਆਇਨ ਨਹੀਂ ਕੀਤਾ ਹੈ ਚੌੜਾ ਕਣਕੀ ਐਗਜ਼ਾਮ ਦੇ ਰਿਗਾਰਡਿੰਗ ਜਿੰਨਾਂ ਵੀ ਅਪਡੇਟਸ ਹੈ ਤੁਹਾਨੂੰ ਇਸ ਟੈਲੀਗ੍ਰਾਮ ਚੈਨਲ ਤੇ ਮਿਲ ਜਾਣਗੇ ਠੀਕ ਹੈ ਜੀ ਹੁਣ ਕਈ ਬੱਚੇ ਨੇ ਹਾਲੇ ਤੱਕ ਤਿਆਰੀ ਸ਼ੁਰੂ ਨਹੀਂ ਕੀਤੀ ਹੋ ਤਾਂ ਅਸੀਂ ਤਿਆਰੀ ਸ਼ੁਰੂ ਕਰਸਾ ਦਿਓ ਕਿਉਂਕਿ ਅਰੋਰਾ ਕਲਾਸਰ ਨੇ ਜਸਟ ਕੁਝ ਟਾਈਮ ਪਹਿਲਾਂ ਹੀ 15 ਫਰਵਰੀ ਨੂੰ ਇੱਕ ਨਵਾਂ ਫਰੈਸ਼ ਪੀਐਸ ਦਾ ਬੈਚ ਸ਼ੁਰੂ ਕੀਤਾ ਸੀਗਾ 15 ਫਰਵਰੀ ਨੂੰ ਪੇਪਰ ਵਨ ਤੇ ਟੋਲੇ ਠੀਕ ਹੈ ਜਿਹੜੇ ਬੱਚੇ ਆਫਲਾਈਨ ਰਹਿਣਾ ਆਨਲਾਈਨ ਆਜ਼ਾਦੀ ਕਰੇ ਬੈਠੇ ਬੈਠੇ ਲਾਈਵ ਕਲਾਸ ਲਗਾ ਸਕੋ ਠੀਕ ਹੈ ਔਨਲਾਈਨ ਜਿਹੜੀ ਫੀਸ ਹੈ ਕਿੰਨੀ ਆਪਾਂ ਤਾਂ ਅਸੀਂ ਆਪਰ ਇੰਨੀ ਤੁਸੀਂ ਪੇਮੈਂਟ ਨਹੀਂ ਕਰਦੇ ਤਾਂ ਸੀਮ ਬੈਡ ਕੋਰਸ ਕਰ ਲਿਓ ਏ ਸੀ 457 ਠੀਕ ਹੈ ਜੀ ਤੁਹਾਨੂੰ 2000 ਡਿਸਕਾਊਂਟ ਮਿਲੇਗਾ ਇਹ ਕੋਰਸ ਕਰਨਾ ਮਿਲੇਗਾ 2500 ਠੀਕ ਹੈ ਨਾਲ ਮਿਲੇਗੀ 1 ਸਾਲ ਦੀ ਵੈਲਿਡਿਟੀ ਵੀ ਤੁਹਾਨੂੰ ਨਾਲ ਮਿਲੇਗੀ ਠੀਕ ਹੈ ਜੀ ਅਗਰ ਕਈ ਬੱਚੇ ਕਹਿੰਦੇ ਸਿਰਫ ਮੈਦਾ ਕੋਰਸ ਚਾਹੀਦਾ ਦੇਖੋ ਸਿਰਫ ਮੈਦਾ ਇਹ ਸਪੈਸ਼ਲ ਉਹਨਾਂ ਲਈ ਹੈ ਠੀਕ ਹੈ ਜੇ ਪੀਐਸਟ ਹੋਗੇ ਜਾਂ ਪੰਜਾਬ ਦਾ ਕੋਈ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੁਸੀਂ ਸਾਰਾ ਮੈਥ ਕਰ ਸਦੋਂ ਤੁਹਾਨੂੰ ਇਹ ਜਿਹੜਾ ਮੈਥ ਦਾ ਕੋਰਸ ਹੈ ਇਹ ਤੁਹਾਨੂੰ ਮਿਲੇਗਾ ਸਿਰਫ ਸਿਰਫ 300 ਰੁਪਏ ਦਾ ਠੀਕ ਹੈ ਜੀ ਵੈਲਿਊ ਕਿੰਨੀ ਹੋएगी ਸਿਕਸ ਮਤਲਬ ਕਿ ਜਿਹੜਾ ਸਾਰਾ ਕੰਟੈਂਟ ਸਾਰਾ ਸਿਲੇਬਸ ਤੁਹਾਨੂੰ ਇੱਕ ਵਾਰ ਦੇ ਵਿੱਚ ਸਾਰਾ ਸਿਲੇਬਸ ਮਿਲ ਜਾਏਗਾ ਠੀਕ ਹੈ ਜੀ ਇਹ ਸਾਰਾ ਸਿਲੇਬਸ ਹੈ ਤੁਸੀਂ ਵੇਖੋ ਇਹ ਸਾਰਾ ਸਿਲੇਬਸ ਜਿਹੜਾ ਪੇਸ਼ਾ ਪੇਪਰ ਵਾਸਤੇ 2 ਤੋਂ 2 ਲਈ ਇਹ ਤੁਹਾਨੂੰ ਸਾਰਾ ਮੇਰੇ ਮੈਥ ਵਾਲੇ ਕੋਰਸ ਵਿੱਚ ਮਿਲ ਜਾਏਗਾ ਠੀਕ ਹੈ ਜੀ ਹੁਣ ਜਿਹੜੇ ਬੱਚੇ ਤਿਆਰੀ ਕਰਦੇ ਨੇ ਪੰਜਾਬ ਸਟੇਟ ਕਿਸੇ ਵੀ ਇਗਜ਼ਾਮ ਦੀ ਕਨਸਟੇਬਲ ਦੀ ਇਹ ਜੋ ਬੈਚ ਹੈ ਇਹ ਸ਼ੁਰੂ ਹੋਇਆ ਸੀਗਾ 19 ਫਰਵਰੀ ਤੋਂ ਠੀਕ ਹੈ ਆਨਲਾਈਨ ਲਾਫਲ ਦੋਵੇਂ ਮੋੜ ਵਿੱਚ ਹੈ ਹੁਣ ਜਿਹੜੇ ਬੱਚੇ ਤਿਆਰੀ ਕਰਨਾ ਚਾਹੁੰਦੇ ਆ ਸਪੈਸ਼ਲ ਪੰਜਾਬ ਦੇ ਸਾਰੇ ਐਗਜ਼ਾਮ ਵਾਸਤੇ ਇਹ ਜਿਹੜਾ ਸਪੈਸ਼ਲ ਬੈਚ ਆ ਫਾਊਂਡੇਸ਼ਨ ਬੈਚ ਇਹ ਸਾਡਾ ਸ਼ੁਰੂ ਹੋਣ ਜਾ ਰਿਹਾ ਜੀ ਅਰੋੜਾ ਕਲਾਸਾ 4 ਮਾਰਚ ਤੋਂ ਕਦੋਂ ਜੀ ਸ਼ੁਰੂ ਹੋਣ ਜਾ ਰਿਹਾ 4 ਮਾਰਚ ਤੋਂ ਆਨਲਾਈਨ ਆਫਲਾਈਨ ਦੋਵੇਂ ਮੋੜ ਵਿੱਚ ਜੇਕਰ ਸੀ ਆਫਲਾਈਨ ਆਉਣਾ ਚਾਹੁੰਦੇ ਹੋ ਆਫਲਾਈਨ ਆਨ ਤੋਂ ਪਹਿਲਾਂ ਆਪਣੀ ਸੀਟ ਜਲਦੀ ਬੁੱਕ ਕਰ ਇਹਦਾ ਫਾਇਦਾ ਕੀ ਹੈ ਜੇਕਰ ਤੁਸੀਂ ਐਡਵਾਂਸਡ ਸੀਟ ਬੁੱਕ ਕਰਦੇ ਹੋ 1250 ਤੁਸੀਂ ਆਪਣੀ ਸੀਟ ਬੁੱਕ ਕਰਦੇ ਸਿੱਧਾ ਸਿੱਧਾ 500 ਵਿੱਚ ਮੇਰਾ ਕੋਡ ਲਗਾ ਕੇ ਇਹਦਾ ਫਾਇਦਾ ਇਹ ਹੈ ਤੁਹਾਨੂੰ ਆਫਲਾਈਨ ਫੇਸ ਵਿੱਚ 2000 ਦਾ ਡਿਸਕਾਊਂਟ ਵੀ ਮਿਲੇਗਾ ਠੀਕ ਹੈ ਅਗਰ ਤੁਸੀਂ ਕਾਫੀ ਬੱਚਾ ਡਿਮਾਂਡ ਸੀਗੀ ਆਫੀਸਰ ਲੈਵਲ ਦਾ ਬੈਚ ਤਾਂ ਆਫੀਸਰ ਲੈਵਲ ਦਾ ਨਵਾਂ ਬੈਚ ਇਹ ਵੀ ਸ਼ੁਰੂ ਹੋਣ ਜਾ ਰਿਹਾ ਜੀ ਇਹ ਕਦੋਂ ਸ਼ੁਰੂ ਹੋ ਰਿਹਾ ਜੀ ਇਹ ਵੀ ਸ਼ੁਰੂ ਹੋਣ ਜਾ ਰਿਹਾ ਹੈ 4 ਮਾਰਚ ਤੋਂ ਹੀ ਇਹ ਬੈਚ ਵੀ ਸ਼ੁਰੂ ਹੋਣ ਜਾ ਰਿਹਾ ਹੈ ਠੀਕ ਹੈ ஆன்ਲਾਈਨ ਆਫਲਾਈਨ ਦੋਵੇਂ ਮੋਡ ਵਿੱਚ ਹੋਏਗਾ ਅਗਰ ਆਫਲਾਈ ਲਾ ਰਹੇ ਹੋ ਆਫਲਾਈਨ ਆਦਰ ਪਹਿਲਾਂ ਆਪਣੀ ਸੀਟ ਜਰੂਰ ਬੁੱਕ ਕਰ ஆன்ਲਾਈਨ ਜਿਹੜੀ ਫੀਸ ਹੈ ਕਿੰਨੀ ਆ ਜੀ 7000 ਆ ਰਿਹਾ ਪਰ ਤੁਸੀਂ ਜਿਵੇਂ ਮੇਰਾ ਕੋਡ ਲਗਾਉਗੇ AC457 ਤੁਹਾਨੂੰ ਆਹੀ ਕੋਰਸ ਕਿੰਨਾ ਮਿਲ ਜਗਾ ਸਿਰਫ ਸਿਰਫ 5000 ਚ ਮਿਲ ਜਗਾ ਠੀਕ ਹੈ ਜੀ ਚਲੋ ਇਹ ਮੈਂ ਦੱਸ ਦਿੱਤਾ ਫਾਊਂਡੇਸ਼ਨ ਬੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ 4 ਮਾਰਚ ਤੋਂ ਠੀਕ ਹੈ ਫੀਸ ਔਨਲਾਈਨ 45 ਹੈ ਪਰ ਜਿਵੇਂ ਤੁਸੀਂ ਮੈਰਾ ਕੋਡ ਲਗਾਉਗੇ ਤੁਹਾਨੂੰ ਕਿੰਨਾ ਮਿਲੇਗਾ ਸਿਰਫ ਸਿਰਫ 2500 ਦਾ ਠੀਕ ਹੈ ਆਫੀਸ਼ੀਅਲ ਲੈਵਲ ਦਾ ਬੈਚ ਨਵ ਤੁਸੀਂ ਲੜ ਹੋ ਗਿਆ ਕੋਰਡ ਇੰਸਪੈਕਟਰ ਪੀ ਪਾਸੇ ਜਿੰਨੇ ਵੀ ਇਗਜ਼ਾਮ ਹੋ ਰਿਹਾ ਹੈ ਇਹ ਬੈਚ ਸ਼ੁਰੂ ਹੋ ਜਿਹੜਾ 4 ਮਾਰਚ ਤੋਂ ਔਨਲਾਈਨ ਫੀਸ 700 ਆ ਰਿਹਾ ਜਿਵੇਂ ਇਹ ਕੋਡ ਲਗਾਉਗੇ ਤੁਹਾਨੂੰ ਇਹ ਕੋਸਟ ਕਿੰਨਾ ਮਿਲੇਗਾ 5000 ਦਾ ਠੀਕ ਹੈ ਪੀਐਸਟ ਜਿਹੜਾ ਸ਼ੁਰੂ ਹੋਇਆ ਸੀ ਇਹ ਹੋ ਜੀ 15 ਫਰਵਰੀ ਤੋਂ ਅਗਰ ਤੁਸੀਂ ਕਿਸੇ ਵੀ ਕੋਰਸ ਦਾ ਆਫਲਾਈਨ ਆਓ ਆਫਲ ਆਪਣੇ ਸਿਰ ਬੋਕਲਾ ਇਹਨਾਂ ਹੋਏਗਾ ਕਿ ਤੁਹਾਨੂੰ ਆਫਲਾਈਨ ਫੀਸ ਵਿੱਚ 2000 ਦਾ ਡਿਸਕਾਊਂਟ ਵੀ ਮਿਲ ਜੇਗਾ ਠੀਕ ਹੈ ਜੀ ਇਧਰ ਬਾਕੀ ਸਾਰੇ ਬੈਚ ਇਹ ਤੁਹਾਨੂੰ ਸਾਰੇ ਬੈਚ ਅਰੋਰਾ ਕਲਾਸੀ ਐਪਲੀਕੇਸ਼ਨ ਅਵੇਲੇਬਲ ਹੈ ਜੀ ਠੀਕ ਹੈ ਤੁਸੀਂ ਵੇਖ ਸਕਦੇ ਹੋ ਇਹ ਦੱਸਦੇ ਲੋੜ ਨਹੀਂ ਹੈਗੀ ਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਅਰੋਰਾ ਕਲਾਸ ਜੀ ਹੈ ਠੀਕ ਹੈ ਇਹਦੇ ਲਈ ਕਰਨਾ ਕੀ ਹੈ ਤੁਸੀਂ ਜਾਣਾ ਪਲੇ ਸਟੋਰ ਦੇ ਵਿੱਚ ਠੀਕ ਹੈ ਸਰਚ ਮਨਾ ਅਰੋਰਾ ਕਲਾਸ ਇਹ ਇਧਰ ਦੀ ਐਪਲੀਕੇਸ਼ਨ ਸ਼ੋ ਹੋਏਗੀ ਇਹ ਤੁਸੀਂ ਕਰ ਦਿਓ ਡਾਊਨਲੋਡ ਠੀਕ ਹੈ ਜਿਵੇਂ ਡਾਊਨਲੋਡ ਕਰ ਦਿਓਗੇ ਲੋਗੇ ਕਰਦੇ ਬਾ ਇਦਾਂ ਦਾ ਵੀਊ ਸ਼ਗਾ ਇੱਥੇ ਦਾ ਕੋਰਸ ਲਿਖਿਆਗਾ ਇਸ ਕੋਰਸ ਦੇ ਉੱਪਰ ਕਲਿੱਕ ਕਰਕੇ ਇੱਥੇ ਇੱਕ ਡੱਬੀ ਜੀ ਬਣੀ ਹੋਈ ਹੈ ਇਸ ਡੱਬੀ ਵਿੱਚ ਤੁਸੀਂ ਸਰਚ ਕਰਨਾ ਆਪਣਾ ਫੇਵਰੇਟ ਕੋਰਸ ਜਿਵੇਂ ਪਿੱਛੇ ਕੋਰਸ ਦਿਖਾਇਆ ਜਿਹੜਾ ਵੀ ਕੋਰਸ ਹੈ ਉਹ ਵਾਲਾ ਕੋਰਸ ਦਾ ਨਾਮ ਇੱਥੇ ਸਰਚ ਬੜਾ ਤਾਂ ਇਹ ਤੇ ਸ਼ੋ ਹੋ ਜਾਏਗਾ ਜਿਵੇਂ ਇਸ ਕੋਰਸ ਉੱਪਰ ਕਲਿੱਕ ਕਰੋਗੇ ਆਪਣੇ ਮੋਬਾਈਲਸ ਦੇ ਉੱਪਰ ਵੱਲ ਸਵਾਈਪ ਕਰਨੀ ਹੈ نیچے ਲਿਖਿਆ ਕੋਪਨ ਕੋਡ ਕਿਹੜਾ ਲਗਾਉਗੇ AC457 ਤੁਹਾਨੂੰ ਮੈਕਸਿਮਮ ਡਿਸਕਾਊਂਟ ਮਿਲੇਗਾ ਠੀਕ ਹੈ ਜਿੰਨਾ ਬੱਚਾ ਆਈਫੋਨ ਹੈ ਉਹਨਾਂ ਨੇ ਡਾਊਨਲੋਡ ਕਰਦੀਆਂ ਮਾਈ ਐਸਟੂ ਡੈਪ ਤੁਹਾਨੂੰ ਪੁੱਛੇਗਾ ਵਰਜੀ ਕੋਡ ਕਿਹੜਾ ਲਗਾਉਗੇ ARC ਠੀਕ ਹੈ ਜੀ ਚਲੋ ਕਿਸੇ ਵੀ ਤਰੀਕਾ ਕੋਈ ਵੀ ਜਾਣਕਾਰੀ ਤੁਸੀਂ ਸਾਨੂੰ ਇਸ ਦੋ ਨੰਬਰ ਤੇ ਕਾਲ ਕਰ ਸਕਦੇ ਹੋ ਇਹਨਾਂ ਨੂੰ ਕਾਲ ਕਰਕੇ ਕਹਿੰਦੇ ਕਿ ਕੋਈ ਕੋਰਸ ਪਰਚੇ ਕਰਨਾ ਚਾਹੁੰਦੇ ਹਾਂ ਤਾਂ ਡਿਸਕਾਊਂਟ ਕੋਡ AC457 ਹੀ ਵਰਤਣਾ ਕਿਉਂਕਿ ਇਹ ਦੇ ਨਾਲ ਹੀ ਮੈਕਸਿਮ ਡਿਸਕਾਊਂਟ ਮਿਲੇਗਾ ਅਗਰ ਤਨ ਫੌਂਦੇ ਕੋਈ ਵੀ ਹੋਰ ਕੋਰ ਕਰਨਗੇ ਉਹ ਇੰਪਲੀਮੈਂਟ ਨਹੀਂ ਕਰਨ ਠੀਕ ਹੈ ਜੀ ਤਾਂ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਬਾਕੀ ਬੱਚੇ ਨੂੰ ਪਤਾ ਲੱਗ ਸਕੇ ਪੀਐਸਲ ਐਗਜ਼ਾਮ ਜੋ ਐਗਜ਼ਾਮ ਡੇਟ ਹੈ ਇਹ ਆਊਟ ਹੋ ਚੁੱਕੇ ਠੀਕ ਹੈ ਜੀ ਓਕੇ ਬਾਏ ਥੈਂਕ ਯੂ